ਨਕਲੀ ਪੁਲਿਸ ਬਾਲੇ ਬਣ ਕੇ ਨਾਕਾ ਲਾ ਕੇ ਸ਼ਹਿਰ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਵਿੱਚੋਂ ਇੱਕ ਲੁਟੇਰੇ ਨੂੰ ਫੇਰੀ ਵਾਲੇ ਨੇ ਦਬੋਚਦਿਆਂ ਪੁਲਿਸ ਹਵਾਲੇ ਕਰ ਦਿੱਤਾ, ਜਦਕਿ ਦੋ ਜਾਣੇ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ SHO ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਬੱਗਾ ਰਾਮ ਨੇ ਜਾਣਕਾਰੀ ਦਿੱਤੀ ਕਿ ਉਹ ਪਿੰਡ ਵਿੱਚ ਫੇਰੀ ਲਾ ਕੇ ਕੱਪੜਾ ਵੇਚਣ ਦਾ ਕੰਮ ਕਰਦਾ ਹੈ। ਬੀਤੇ ਕੱਲ੍ਹ ਵੀ ਉਹ ਪਿੰਡਾਂ ਵਿੱਚ ਕੱਪੜਾ ਵੇਚਣ ਉਪਰੰਤ ਹੋਰ ਕੱਪੜਾ ਖਰੀਦਣ ਲਈ ਥੋਕ ਵਪਾਰੀ ਦੀ ਦੁਕਾਨ ਉੱਤੇ ਜਾ ਰਿਹਾ ਸੀ। ਉਹ ਪਹਾੜੀ ਗੇਟ ਦੇ ਕੋਲ ਪਹੁੰਚਿਆ ਤਾਂ ਉੱਥੇ ਇੱਕ ਪਾਸੇ ਖੜ੍ਹੇ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਕਿਹਾ ਕਿ ਅਸੀਂ ਪੁਲਿਸ ਮੁਲਾਜ਼ਮ ਹਾਂ ਅਤੇ ਤੂੰ ਚਿੱਟਾ ਵੇਚਦਾ ਹੈ। ਇਸ ਤੋਂ ਬਾਅਦ ਜਦੋਂ ਉਕਰ ਨੌਜਵਾਨਾਂ ਨੇ ਉਸਦੀ ਜੇਬ ਵਿੱਚੋਂ 10,000 ਰੁਪਏ ਜ਼ਬਰਦਸਤੀ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਇੱਕ ਨੌਜਵਾਨ ਨੂੰ ਫੜ ਲਿਆ, ਜਦਕਿ ਮੌਕੇ ਤੋਂ ਦੋ ਭੱਜ ਨਿਕਲੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਇੱਕ ਬੱਗਾ ਰਾਮ ਹੈਗਾ ਆਪਣੇ ਚੌਧਰੀ ਵਾਲ ਪਿੰਡ ਦਾ, ਜਿਹੜਾ ਮਦਈ ਮੁਕਦਮੇ ਦਾ ਉਹ ਕੰਬਲਾਂ ਦਾ ਕੰਮ ਕਰਦਾ ਆ। ਉਹ ਅੱਗੇ ਵੀ ਕੰਬਲ ਲੈਣ ਵਾਸਤੇ ਇੱਥੇ ਬਟਾਲੇ 'ਚ ਆਉਂਦਾ ਸੀਗਾ ਚੌਧਰੀ ਵਾਲ ਤੋਂ, ਤਾਂ ਅੱਜ ਵੀ ਕੰਬਲ ਲੈਣ ਵਾਸਤੇ ਉਹ ਆਇਆ ਸੀਗਾ। ਜੋ ਕੰਬਲ ਲੈਣ ਵਾਸਤੇ ਆਇਆ ਤਾਂ ਇਹ ਤਿੰਨ ਜਾਣੇ ਸੀਗੇ, ਇਹਨਾਂ ਤਿੰਨਾਂ ਜਾਣਿਆਂ ਨੇ ਰੋਕਿਆ। ਜਿਹੜਾ ਜਗਦੀਪ ਸਿੰਘ ਹੈਗਾ ਇਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀਗਾ, ਅਤੇ ਇਹਨਾਂ ਨੂੰ ਰੋਕ ਕੇ ਤਾਂ ਕਹਿੰਦੇ ਵੀ ਅਸੀਂ ਤੇਰੀ ਤਲਾਸ਼ੀ ਲੈਣੀ। ਉਹਦੇ ਕੋਲ ਪੈਸੇ ਜਦੋਂ ਨਿਕਲੇ ਤਾਂ ਪੈਸੇ ਉਹਦੇ ਖੋ ਕੇ 16,000 ਰੁਪਈਆ ਦੇ ਭੱਜ ਗਏ। ਉੱਥੇ ਲਾਗੇ ਸਾਡਾ ਪੁਲਿਸ ਦਾ ਨਾਕਾ ਲੱਗਾ ਸੀਗਾ, ਉਹਨੇ ਜਦੋਂ ਰੌਲਾ ਪਾਇਆ ਤਾਂ ਪੁਲਿਸ ਵਾਲਿਆਂ ਨੇ ਨਾਲ ਹਰਪ ਦੇ ਨਾਲ ਉਹਨੂੰ ਪਬਲਿਕ ਦੀ ਸਾਥ ਦੇ ਨਾਲ ਇੱਕ ਬੰਦੇ ਨੂੰ ਮੋਟਰਸਾਈਕਲ ਤੋਂ ਲਾ ਲਿਆ। ਦੋ ਜਣੇ ਉੱਥੋਂ ਫਰਾਰ ਹੋ ਗਏ ਮੌਕੇ ਤੋਂ। ਜਿਸ ਨੇ ਆਪਣਾ ਨਾਮ ਦੱਸਿਆ ਜਗਦੀਪ ਸਿੰਘ, ਸਨ ਆਫ ਸੁਲਵਿੰਦਰ ਸਿੰਘ, ਇਹ ਨਵੀਂ ਬਾਦੀ ਧਾਰੀਵਾਲ ਦਾ ਰਹਿਣ ਵਾਲਾ ਆ। ਇਸ ਦੇ ਨਾਲ ਦੋ ਆਦਮੀ ਹੋਰ ਹੈਗੇ, ਇੱਕ ਰਵਿੰਦਰ ਹੈਗਾ, ਇੱਕ ਅਬਰੋਲ ਹੈਗਾ। ਇਹਨਾਂ ਦੇ ਉੱਤੇ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ, ਇਹ ਅਰੈਸਟ ਨਹੀਂ ਕੀਤੇ, ਇਹ ਘਰਾਂ ਤੋਂ ਵੀ ਆਪਣੇ ਫਰਾਰ ਆ, ਜਿਨ੍ਹਾਂ 'ਤੇ ਮੁਕੱਦਮਾ ਨੰਬਰ 160 ਜਿਹੜਾ ਆ ਦਰਜ ਕੀਤਾ ਗਿਆ ਆ। ਕੋਈ ਨਸ਼ੇ ਦੇ ਆਦੀ ਵੀ ਨੇ? ਇਹ ਨਸ਼ੇ ਦੇ ਅਡਿਕਟਡ ਨੇ। ਜਿਹੜੀ ਤੁਸੀਂ ਪਹਿਲੀ ਤਫਤੀਸ਼ ਕੀਤੀ ਉਹ 'ਚ ਪਤਾ ਲੱਗਾ ਕਿ ਹੋਰ ਵੀ ਕਿਤੇ ਪਹਿਲਾਂ ਇਹਨਾਂ ਨੇ ਕੀਤੀਆਂ ਵਾਰਦਾਤਾਂ ਸੀ? ਹਾਂ, ਪਤਾ ਲੱਗ ਰਿਹਾ ਹੈਗਾ ਜੀ। ਹੁਣੇ ਮੈਨੂੰ ਇੱਕ ਦੋ ਟੈਲੀਫੋਨ ਆਏ ਸੀਗੇ ਵੀ ਇਹਨਾਂ ਨੇ ਇਸ ਤਰ੍ਹਾਂ ਕਰਕੇ ਹੋਰ ਵੀ ਵਾਰਦਾਤਾਂ ਕੀਤੀਆਂ ਆ। ਉਹ ਦੌਰਾਨੇ ਪੁੱਛਗਿੱਛ ਜੋ ਵੀ ਇਹਨਾਂ ਰਿਮਾਂਡ ਲੈਂਦੇ ਹੈਗੇ, ਜੋ ਵੀ ਗੱਲ ਸਾਹਮਣੇ ਆਏਗੀ ਉਸ ਮੁਤਾਬਕ ਉਹਨਾਂ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਜਾਊਗਾ।